ਪੰਜਾਬੀ ਰੇਡੀਓ ਜੋ ਐਸ ਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਪ੍ਰੋਗਰਾਮ ਲੈ ਕੇ ਆਏ ਹਾਂ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ਼ ਪੰਨੂ ਅਤੇ ਕਰਾਂਗੇ ਜੀ ਆਪਾਂ ਗੱਲਬਾਤ ਜੋ ਵੀ ਉੱਥੇ ਦੀਆਂ ਮੇਨ ਖਬਰਾਂ ਹੁੰਦੀਆਂ ਪੰਜਾਬ ਦੀਆਂ ਉਹਨਾਂ 'ਤੇ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਦੇ ਵਿੱਚ ਜੋ ਵੀ ਹੈਡਲਾਈਨਸ ਹੋਣਗੀਆਂ ਉਹਨਾਂ 'ਤੇ ਆਪਾਂ ਝਾਤ ਮਾਰਾਂਗੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਸਪੋਂਸਰ ਨੇ ਅੱਜ ਦੇ ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ ਜਿਹਨਾਂ ਦਾ ਫੋਨ ਨੰਬਰ 4082722500 ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਤੋਂ ਸ਼ੇਰਗਿੱਲ ਪਰਿਵਾਰ ਸਲਮਾ ਤੋਂ ਰਸ਼ਪਾਲ ਕੌਰ ਖੰਗੂੜਾ ਅਤੇ ਪਰਿਵਾਰ ਬੇਕਰਸਫੀਲਡ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਨੀਵਰਸਿਟੀ ਤੋਂ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰਜ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ ਅਤੇ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਬਲਤੇਜ ਪੰਨੂ ਹੋਣਾ ਨੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਅਤੇ ਬਲਤੇਜ ਪੰਨੂ ਜੀ ਸਭ ਤੋਂ ਪਹਿਲਾਂ ਜਿਹੜੀ ਮੇਨ ਖਬਰ ਆ ਉੱਥੇ ਦੀ ਆਪਾਂ ਪਹਿਲਾਂ ਵੀ ਇਸ ਨੂੰ ਕਵਰ ਕੀਤਾ ਆ ਕਿ ਜਿਹੜਾ ਪ੍ਰੋਗਰੈਸ ਪੰਜਾਬ ਦੀ ਗੱਲਬਾਤ ਕਰ ਰਹੇ ਸੀਗੇ ਤਾਂ ਬੜੀਆਂ ਰਾਇਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਜੀ ਜੋ ਕੁਛ ਜਿਹੜੇ ਦਾਅਵੇ ਨੇ ਜੀ ਉਹ ਜਿਹੜੇ ਕੀਤੇ ਗਏ ਨੇ ਉਹ ਏਡੇ ਵੱਡੇ ਨੇ ਜੀ ਜਿਹਦੇ ਉੱਤੇ ਸ਼ਾਇਦ ਬਹੁਤਿਆਂ ਨੂੰ ਸੱਚ ਜਿਹੜਾ ਜੀ ਉਹ ਨਹੀਂ ਆ ਰਿਹਾ ਇਹ ਕਿਹਾ ਗਿਆ ਜੀ ਕਿ ਪਹਿਲੇ ਦਿਨ ਹੀ 1,12,000 crore ਰੁਪਈਏ ਦੇ ਸਮਝੌਤਿਆਂ ਦੇ ਉੱਤੇ ਜਿਹੜੇ ਜੀ ਉਹ ਸਾਈਨ ਕਰ ਲਏ ਗਏ ਨੇ ਪ੍ਰਕਾਸ਼ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਸਮਿਟ ਹੈ ਇਹ ਸਾਲ 'ਚ ਇੱਕ ਵਾਰੀ ਨਹੀਂ 4 ਹਫ਼ਤਿਆਂ 'ਚ ਇੱਕ ਵਾਰੀ ਜਿਹੜਾ ਜੀ ਉਹ ਹੋਣਾ ਚਾਹੀਦਾ ਉਹ ਕਹਿੰਦੇ ਜੀ ਜਿਹੜੇ ਇਹ ਮੈਮੋਰੈਂਡਮ ਆਫ ਡੇ ਜਿਹੜਾ ਜੀ ਉਹਨੂੰ ਇਹਨੂੰ ਡਿਕਲੇਅਰ ਕਰਨਾ ਚਾਹੀਦਾ ਜਿੰਨੇ ਸਮਝੌਤੇ ਜਿਹੜੇ ਉਹ ਹੋਏ ਨੇ ਔਰ ਇਹ ਦਾਅਵੇ ਕੀਤੇ ਗਏ ਨੇ ਕਿ ਡੀ ਐਲ ਐਫ 9,200 crore ਰੁਪਈਆ ਖਰਚੂਗੀ ਜੇ ਵੀ ਕੇ ਰੈਡੀ ਜਿਹੜਾ ਉਹ 5,000 crore ਰੁਪਈਆ ਖਰਚੂਗੀ ਅਦਾਨੀ ਗਰੁੱਪ 3,700 crore ਰੁਪਈਆ ਖਰਚੂਗਾ ਤੇ ਆਈ ਟੀ ਸੀ 700 crore ਰੁਪਈਆ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਖਰਚੂਗਾ ਕੁਛ ਸੂਤਰ ਜਿਹੜੇ ਨੇ ਜੀ ਉਹ ਇਹ ਵੀ ਦੱਸਦੇ ਨੇ ਕਿ ਜਿਹੜਾ ਪਿਛਲਾ ਪ੍ਰੋਗਰੈਸਿਵ ਪੰਜਾਬ ਹੋਇਆ ਸੀਗਾ ਜਿਹਦੇ ਅੱਧੇ ਪੈਸੇ ਵੀ ਨਹੀਂ ਇੱਥੇ ਆਏ ਜਿਹਦੇ ਵਿੱਚ 63,000 crore ਰੁਪਈਏ ਦੀ ਗੱਲ ਜਿਹੜੀ ਉਹ ਆਖੀ ਗਈ ਸੀਗੀ ਕਿ ਇੱਥੇ ਜਿਹੜਾ ਇਨਵੈਸਟ ਹੋਣਾ ਉਹ ਪੁਰਾਣੇ ਜਿਹੜੇ ਸੀਗੇ ਐਮ ਓ ਯੂ ਉਹ ਚੁੱਕ ਕੇ ਫਾਈਲਾਂ ਦੇ ਵਿੱਚ ਲਾ ਕੇ ਉਹ ਇਹਦੇ ਇਨਕਲੂਡ ਕਰ ਦਿੱਤੇ ਗਏ ਆ ਜੀ ਤਾਂ ਕਿ ਪਹਿਲੇ ਦਿਨ ਜਿਹੜਾ ਜੀ ਉਹ ਦੱਸਿਆ ਜਾ ਸਕੇ ਕਿ ਇੰਨਾ ਜਿਹੜਾ ਜੀ ਉਹ ਪੈਸਾ ਇੱਥੇ ਆਇਆ ਔਰ ਇਹਦੇ ਵਿੱਚੋਂ ਕਿੰਨੇ ਇਨਵੈਸਟ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ 4.99 rupees ਨੂੰ ਜਿਹੜੀ ਬਿਜਲੀ ਆ ਉਹ ਦੇਣ ਦਾ ਦਾਅਵਾ ਕੀਤਾ ਗਿਆ ਹਾਂ ਇੱਕ ਗੱਲ ਇਹਦੇ ਵਿੱਚ ਜ਼ਰੂਰ ਚੰਗੀ ਹੋਈ ਆ ਜੇ ਉਹ ਇੰਪਲੀਮੈਂਟ ਹੋ ਸਕੇ ਜਿਹੜੀ ਫੂਡ ਪ੍ਰੋਸੈਸਿੰਗ ਹੈ ਉਹਦੇ ਉਹਨੂੰ ਟੈਕਸ ਤੋਂ ਛੋਟ ਜਿਹੜੀ ਹੈ ਜੀ ਉਸ ਇੰਡਸਟਰੀ ਨੂੰ ਦਿੱਤੀ ਗਈ ਆ ਪਰ ਸਵਾਲ ਇਹ ਆ ਸਭ ਤੋਂ ਵੱਡਾ ਜਿਹੜੀ ਗੱਲ ਦੀ ਬਦਨਾਮੀ ਵਿਸ਼ਵ ਪੱਧਰ ਦੇ ਉੱਤੇ ਹੋ ਚੁੱਕੀ ਹੋਈ ਆ ਕਿ ਇੱਥੇ ਜਿਹੜੀ ਕੋਈ ਇਨਵੈਸਟਮੈਂਟ ਜਾਂ ਜਿਹੜਾ ਕੋਈ ਇੱਥੇ ਇੰਡਸਟਰੀ ਲੱਗਦੀ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੱਤਾਧਾਰੀ ਹੈ ਆਪਣੇ ਹਿੱਸਾ ਮੰਗਦੇ ਆ ਜੀ ਉਹ ਚਾਹੇ ਬ੍ਰੈਡ ਹੋਵੇ ਚਾਹੇ ਸਾਈਕਲ ਹੋਣ ਤੇ ਚਾਹੇ ਕੋਈ ਕੁਲਚਿਆਂ ਦੀ ਰੇਹੜੀ ਕਿਉਂ ਨਾ ਹੋਵੇ ਜੀ ਹਾਂ ਜੀ ਬਿਲਕੁਲ ਸਹੀ ਆ ਕਿਉਂਕਿ ਇਸ ਕਰਕੇ ਲੋਕ ਜਿਹੜੇ ਇਨਵੈਸਟ ਨਹੀਂ ਕਰਨਾ ਚਾਹੁੰਦੇ ਤੇ ਅੱਗੇ ਆਪਾਂ ਗੱਲ ਕਰਦੇ ਜੀ ਪਿਛਲੇ 2 ਸਾਲਾਂ ਦੇ ਵਿੱਚ 9,500 ਸੰਤਾਂ ਆ ਜਿਹੜੀਆਂ ਉਹ ਬਿਮਾਰ ਅਲੰਨੀਆਂ ਗਈਆਂ ਜੀ ਇਹ ਐਕਚੁਅਲੀ ਪੰਜਾਬ ਦੇ ਵਿੱਚ ਜਿਹੜੀਆਂ ਜੀ ਬੇਸ਼ੱਕ ਪ੍ਰੋਗਰੈਸਿਵ ਪੰਜਾਬ ਸੰਮੇਲਨ ਜਿਹੜਾ ਜੀ ਹੋ ਰਿਹਾ ਪਰ ਦੂਜੇ ਪਾਸੇ ਇਹਦਾ ਇੱਕ ਬਿਲਕੁਲ ਦੂਜਾ ਪੱਖ ਹੈ ਜੀ ਉਹ ਇਹ ਆ ਕਿ ਪਿਛਲੇ 2 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਜਿਹੜੇ ਐਲਾਨ ਕੀਤੀਆਂ ਗਈਆਂ 9,500 ਉਦਯੋਗ ਜਿਹੜੇ ਨੇ ਉਹਨਾਂ ਨੂੰ ਬਿਮਾਰ ਐਲਾਨ ਕੀਤਾ ਗਿਆ ਇਹਦੇ ਵਿੱਚ ਕੁਛ ਛੋਟੇ ਨੇ ਕੁਛ ਦਰਮਿਆਨੇ ਨੇ ਜਿਹਨਾਂ ਨੇ ਇਸ ਵੇਲੇ ਦੀ ਜਿਹੜਾ ਪੰਜਾਬ ਦੇ ਵਿੱਚ ਜਿਹਨਾਂ ਦੀ ਗਿਣਤੀ ਕੋਈ 13,325 ਹੈ ਜੀ ਛੋਟੇ ਤੇ ਦਰਮਿਆਨੇ ਦੇ ਉਦਯੋਗ ਨੇ ਜਿਹਨਾਂ ਨੂੰ ਬਿਮਾਰ ਐਲਾਨ ਕੀਤਾ ਗਿਆ ਜੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਇਹ ਗੱਲ ਆਖੀ ਸੀ ਉਹਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਇਹਨਾਂ ਬਿਮਾਰ ਸਨਅਤਾਂ ਜਿਹੜੀਆਂ ਨੇ ਇਹਨਾਂ ਨੂੰ ਦੁਬਾਰਾ ਤੋਂ ਜਿਹੜਾ ਜੀ ਸ਼ੁਰੂ ਕਰਨ ਦੇ ਵਾਸਤੇ ਯਤਨ ਕੀਤੇ ਜਾਣ ਕੋਈ ਵੀ ਯਤਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ ਇਹਨਾਂ ਦੇ ਸਿਰ ਕਰੀਬ ਕੋਈ 1,847 crore ਰੁਪਈਏ ਦਾ ਕਰਜ਼ਾ ਜਿਹੜਾ ਜੀ ਉਹ ਖੜਾ 2 ਸਾਲ ਪਹਿਲਾਂ ਇਹ ਬਿਮਾਰ ਸਨ ਤਾਂ ਇਹਨਾਂ ਦੀ ਗਿਣਤੀ ਕੋਈ 3,347 ਸੀਗੀ ਤੇ ਹੁਣ ਜਿਹੜੀ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ 13,325 ਜਿਹੜੀ ਹੋ ਗਈ ਆ ਇਹਦੇ ਵਿੱਚ ਜਿਹੜੇ ਸੱਤਾਧਾਰੀ ਨੇ ਉਹਨਾਂ ਦੇ ਜਿਹੜੇ ਏਰੀਏਜ਼ ਨੇ ਉਹਦੇ ਵਿੱਚ ਵੀ ਬਹੁਤੀਆਂ ਬਿਮਾਰ ਸਨਅਤਾਂ ਨੇ ਜੀ ਕਪਾਹ ਪੱਟੀ ਦੇ ਵਿੱਚ ਜਿਹੜੀ ਨਰਮਾ ਬੈਲਟ ਹੈ ਉਹਦੇ 'ਚ 50% ਕਪਾਹ ਮਿੱਲਾਂ ਨੂੰ ਤਾਲੇ ਲੱਗ ਗਏ ਆ 7% ਤੇਲ ਮਿੱਲਾਂ ਬੰਦ ਹੋ ਗਈਆਂ ਨੇ ਚਿੱਟੇ ਮੱਛੇ ਕਰਕੇ ਜੀ ਇਹ ਜਿਹੜਾ ਸਾਰੀ ਕਪਾਹ ਦੀ ਸਨਅਤ ਹੈ ਉਹ ਡਾਵਾਂਡੋਲ ਜਿਹੜੀ ਉਹ ਖੜੀ ਹੈ
ਹਜ਼ਾਰਾਂ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਕੇ ਬਹਿ ਗਏ ਨੇ। ਗੋਬਿੰਦਗੜ੍ਹ ਦੀ ਇੰਡਸਟਰੀ ਕਿਸੇ ਨੂੰ ਭੁੱਲੀ ਨਹੀਂ, ਕੰਪਲੀਟ ਤਕਰੀਬਨ ਜਿਹੜੀ ਬੰਦ ਹੋ ਗਈ ਆ। ਰਾਮਾ ਮੰਡੀ ਦੇ ਵਿੱਚ ਕਿਸੇ ਟਾਈਮ 13-14 ਜਿਹੜੀਆਂ ਤੇਲ ਮਿੱਲਾਂ ਚੱਲਦੀਆਂ ਸੀਗੀਆਂ, ਹੁਣ ਸਿਰਫ 6 ਰਹਿ ਗਈਆਂ ਨੇ। ਸੋ ਨਾਲ ਜਿਹੜਾ ਕਿ ਸਾਡੀ ਸਾਡੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਏਰੀਆ ਜੀ, ਉਹਦੇ ਵਿੱਚ 3 ਯੂਨਿਟ ਸੀਗੇ, 3 ਬੰਦ ਹੋ ਗਏ। ਮਾਨਸਾ ਦੇ ਵਿੱਚ 1/2 ਯੂਨਿਟ ਬੰਦ ਪਏ ਨੇ। ਰਾਮਪੁਰਾ ਫੂਲ ਜਿਹੜੇ ਸਾਡੇ ਜੀ ਵਧੀਆ ਪੁਲਿਸ ਦੇ ਮਾਲਕ ਜਿਹੜੇ ਨੇ ਜੀ ਮਲੂਕਾ ਸਾਹਿਬ, ਉਹਨਾਂ ਦਾ ਏਰੀਆ 7 ਤੇਲ ਯੂਨਿਟ ਸੀਗੇ, ਇਹਦੇ ਚੋਂ ਸਿਰਫ 2 ਬਚੇ ਨੇ। ਬਠਿੰਡੇ ਸ਼ਹਿਰ ਦੇ ਵਿੱਚ 14 ਤੇਲ ਮਿੱਲਾਂ ਸੀਗੀਆਂ, ਸਿਰਫ 5 ਚੱਲ ਰਹੀਆਂ ਨੇ। ਪੰਜਾਬ ਆਇਲ ਐਸੋਸੀਏਸ਼ਨ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਸਰਕਾਰੀ ਨੀਤੀ ਤੇ ਕੱਚੇ ਮਾਲ ਕਰਕੇ ਤੇਲ ਮਿੱਲਾਂ ਜਿਹੜੀਆਂ ਉਹ ਕੰਪਲੀਟ ਬੰਦ ਹੋਣ ਵੱਲ ਨੂੰ ਇਸ ਵੇਲੇ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਜੀ। ਔਰ ਇਹ ਹਾਲਾਤ ਜਿਹੜਾ ਕਿ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਪੰਜਾਬ ਦੇ ਬਣੇ ਹੋਏ ਆ, ਇੱਕ ਪਾਸੇ ਝੰਡੀਆਂ ਲਾ ਕੇ ਬਾਹਰ ਇੰਨਾ ਕੁਛ ਜਿਹੜਾ ਜੀ ਉਹ ਦਿਖਾਇਆ ਜਾ ਰਿਹਾ ਕਿ ਇੱਥੇ ਪਤਾ ਨਹੀਂ ਕੀ ਕੁਛ ਆ, ਦੂਜਾ ਪੱਖ ਇਹ ਆ ਜੀ ਕਿ ਬਿਮਾਰ ਪਈਆਂ ਜਿਹੜੀਆਂ ਸਨਅਤਾਂ ਨੇ ਉਹਨਾਂ ਨੂੰ ਸੰਭਾਲਣ ਦਾ ਕੋਈ ਯਤਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ, ਨਾ ਕੋਈ ਹੋਣ ਦੇ ਜਿਹੜੇ ਉਹ ਚਾਂਸਸ ਹੀ ਲੱਗਦੇ ਨੇ ਜੀ। ਤੇ ਅੱਗੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ, ਉਸ ਦੇ ਵਿੱਚ ਵੀ ਬੇਅਦਬੀ ਕਰਕੇ ਲੋਕ ਘੱਟ ਸ਼ਾਮਿਲ ਹੋਏ ਤੇ ਜਥੇਦਾਰ ਵੀ ਉੱਥੇ ਸ਼ਾਮਿਲ ਨਹੀਂ ਹੋਏ। ਬਿਲਕੁਲ ਜੀ, ਇਸ ਲਈ ਹਰਿਮੰਦਰ ਸਾਹਿਬ ਦੇ ਵਿੱਚ ਤਾਂ ਜਿਹੜੀ ਸੰਗਤ ਆ ਜੀ ਉਹਦੀ ਗਿਣਤੀ ਕੋਈ ਬਹੁਤੀ ਨਹੀਂ ਫਰਕ ਪਿਆ, ਉਹ ਤਾਂ ਜਿਹੜੀ ਆ ਜੀ 19 ਜਾ ਰਹੀ ਹੈ। ਪਰ ਜਿਹੜਾ ਸਿੱਧਮ ਸਿੱਧਾ ਅਸਰ ਆ ਜੀ ਉਹ ਐਕਚੁਲੀ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਾਣੂ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਨੇ ਉਹ 5 ਪਿਆਰਿਆਂ ਨੂੰ ਮੁਅੱਤਲ ਕਰ ਦੇਣਾ, ਫਿਰ ਉਹਨਾਂ ਦੀ ਮੁਅੱਤਲੀ ਜਿਹੜੀ ਵਾਪਸ ਲੈ ਲੈਣੀ, ਜਥੇਦਾਰਾਂ ਦੇ ਵੱਲੋਂ ਜਿਹੋ ਜਿਹੇ ਆਦੇਸ਼ ਸੰਦੇਸ਼ ਜਿਹੜੇ ਜਾਰੀ ਕੀਤੇ ਗਏ, ਜਥੇਦਾਰਾਂ ਦੀ ਜਿਹੜੀ ਕਿਰਕਰੀ ਹੋ ਗਈ ਹੈ ਉਹ ਹੋਇਆ, ਇਹ ਸਾਰਾ ਕੁਝ ਦਾ ਅਸਰ ਜਿਹੜਾ ਜੀ ਲੰਮੇ ਸਮੇਂ ਦੇ ਵਾਸਤੇ ਪੈਂਦਾ ਤੇ ਉਹਦੇ ਹੁਣ ਜਿਹੜਾ ਜੀ ਅਸਰ ਉਹਦਾ ਸਿੱਧਮ ਸਿੱਧਾ ਦਿਸਣਾ ਸ਼ੁਰੂ ਹੋ ਗਿਆ। ਔਰ ਇਹ ਜਿਹੜਾ ਪਾਵਨ ਸਰੂਪਾਂ ਦੀ ਬੇਅਦਬੀ ਤੇ ਜਿਹੜੀਆਂ ਬਾਕੀ ਘਟਨਾਵਾਂ ਵਾਪਰੀਆਂ ਉਹਦੇ ਕਰਕੇ ਅੰਮ੍ਰਿਤਸਰ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸੀਗਾ ਉਹਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਨਿਕਲਿਆ ਉਹਦੇ ਵਿੱਚ ਸੰਗਤ ਦੀ ਹਾਜ਼ਰੀ ਬਿਲਕੁਲ ਨਾ ਮਾਤਰ ਰਹੀ। ਅਸਲ ਦੇ ਵਿੱਚ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਅੰਮ੍ਰਿਤਸਰ ਦੀ ਤੇ ਨੇੜੇ ਤੇੜੇ ਦੇ ਏਰੀਏ ਦੀ ਜਿਹੜੀ ਆ ਉਹ ਸ਼ਾਮਿਲ ਹੁੰਦੀ ਹੈ। ਇਹਦੇ ਵਿੱਚ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਨੇ ਉਹ ਆਪਣੀ ਹਾਜ਼ਰੀ ਪਿਛਲੇ ਕਈ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜੀ ਆ ਜੀ ਉਹ ਲਵਾਉਂਦੇ ਰਹੇ ਨੇ। ਇਹਦੇ ਵਿੱਚ ਤਕਰੀਬਨ ਇਹ ਹੁੰਦਾ ਜੀ ਕਿ ਜਥੇਦਾਰ ਜਿਹੜੇ ਨੇ ਉਹ ਜ਼ਰੂਰ ਹਾਜ਼ਰ ਰਹਿਣਗੇ। ਇਸ ਵਾਰੀ ਇਹ ਆਇਆ ਤਾਂ ਜਥੇਦਾਰ ਨਹੀਂ ਆਏ ਜੀ, ਉਹ ਡਰਦੇ ਰਹੇ ਜਿਹੜਾ ਜੀ ਸੰਗਤ ਤੋਂ ਕਿ ਆ ਕੇ ਕਿਤੇ ਘੇਰ ਨਾ ਲਵੇ, ਤੇ ਸ਼ਾਇਦ ਸੰਗਤ ਜਿਹੜੀ ਸੀ ਉਹ ਇਸ ਗੱਲੋਂ ਨਹੀਂ ਆਈ ਵੀ ਉੱਥੇ ਜਥੇਦਾਰ ਆਉਣਗੇ ਅਸੀਂ ਉੱਥੇ ਜਾ ਕੇ ਜਿਹੜਾ ਜੀ ਉਹ ਕੀ ਲੈਣਾ। ਸੋ ਇਸ ਕਰਕੇ ਦੋਵੇਂ ਜਿਹੜੇ ਸੀਗੇ ਜੀ ਇੱਕ ਦੂਜੇ ਤੋਂ ਜਿਹੜਾ ਜੀ ਉਹ ਭੈ ਖਾਂਦੇ ਤੁਸੀਂ ਕਹਿ ਲਓ ਕਿ ਉੱਥੇ ਪਹੁੰਚੇ ਨੇਗੇ। ਔਰ ਇਹਦਾ ਜਿਹੜਾ ਸਿੱਧਾ ਪਰਛਾਵਾਂ ਸੀਗਾ ਜੀ ਇਸ ਨਗਰ ਕੀਰਤਨ ਦੇ ਉੱਤੇ ਪਿਆ, ਇਹਦਾ ਇਹ ਵੀ ਲਾ ਕੇ ਕਿਹਾ ਜਾ ਸਕਦਾ ਜੀ ਕਿ ਜਿਹੜੇ ਬਾਕੀ ਗੁਰਪੁਰਬ ਜਾਂ ਜਿਹੜੇ ਦਿਨ ਤਿਉਹਾਰ ਜਿਹੜੇ ਮਨਾਏ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਪਊਗਾ। ਇਹ ਤੁਸੀਂ ਕਹਿ ਲਓ ਕਿ ਇਹਦੀ ਸ਼ੁਰੂਆਤ ਕਿਸਮ ਦੀ ਜਿਹੜੀ ਇਹਦੀ ਇੱਥੋਂ ਹੋ ਗਈ ਹੈ, ਹੋ ਚੁੱਕੀ ਹੈ ਜੀ। ਤੇ ਅੱਗੇ ਆਪਾਂ ਬਰਗਾੜੀ ਕਾਂਡ ਦੀ ਗੱਲ ਕਰੀਏ ਜਿਸ ਦੇ ਵਿੱਚ ਦੋ ਸਕੇ ਭਰਾਵਾਂ ਨੂੰ ਝੂਠੀ ਗੱਲ ਕਰਕੇ ਇਹਨਾਂ ਨੂੰ ਫੜ ਲਿਆ ਗਿਆ ਕਿ ਇਹਨਾਂ ਨੇ ਹੀ ਇਹ ਬੇਅਦਬੀ ਕੀਤੀ ਹੈ ਤੇ ਉਹਨਾਂ ਦਾ ਲਾਈ ਡਿਟੈਕਟਰ ਟੈਸਟ ਹੋਣ ਦੇ ਲੱਗਦੇ ਜੀ। ਇਹ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਜਿਹੜੇ ਨੇ ਇਹਨਾਂ ਦੋਨਾਂ ਨੂੰ ਜਿਹੜੇ 5 ਗ੍ਰਾਈ ਖੁਰਦੇ ਨੇ ਦੋਵੇਂ ਸਕੇ ਭਰਾ, ਹੁਣ ਇਹ ਇਹਨਾਂ ਦਾ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਉਹ ਸਰਕਾਰ ਕਰਾਊਗੀ। ਇਹ ਪਤਾ ਲੱਗਾ ਜੀ ਕਿ ਜਿਹੜਾ ਲੋਕਾਂ ਦਾ ਦਬਾਓ ਆ ਉਹ ਕੰਟੀਨਿਊਸ ਜਿਹੜਾ ਜੀ ਉਹ ਵੱਧ ਰਿਹਾ, ਔਰ ਇਹ ਜਿਹੜਾ ਦਬਾਓ ਆ ਇਹ ਵਿਦੇਸ਼ਾਂ ਦੇ ਵਿੱਚੋਂ ਚੱਲਦੇ ਰੇਡੀਓਜ਼ ਤੇ ਇਹਦੇ ਨਾਲ ਨਾਲ ਜਿਹੜਾ ਸੋਸ਼ਲ ਮੀਡੀਆ ਦੀ ਉਹਦੇ ਉੱਤੋਂ ਇਹ ਦਬਾਓ ਕੰਟੀਨਿਊਸ ਵੱਧ ਰਿਹਾ। ਇਹ ਵੀ ਪਤਾ ਲੱਗਾ ਕਿ ਸਰਕਾਰ ਨੇ ਇੱਕ ਟਾਈਮ ਜਿਹੜਾ ਜੀ ਉਹ ਫੈਸਲਾ ਲੈ ਲਿਆ ਸੀਗਾ ਕਿ ਇਹਨਾਂ ਨੂੰ ਦੋਨਾਂ ਭਰਾਵਾਂ ਨੂੰ ਜਿਹੜਾ ਜੀ ਉਹ ਰਿਹਾਅ ਕਰ ਦਿੱਤਾ ਜਾਊਗਾ, ਪਰ ਜਿਹੜੇ ਸੀਨੀਅਰ ਪੁਲਿਸ ਆਫਿਸਰ ਨੇ ਕੁਛ ਉਹਨਾਂ ਨੇ ਇਹ ਸਰਕਾਰ ਨੂੰ ਫਿਰ ਜਿਹੜਾ ਜੀ ਮਨਾਇਆ ਕਿ ਅਸੀਂ ਸਬੂਤਾਂ ਦੇ ਤਹਿਤ ਇਹਨਾਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ, ਇਸ ਕਰਕੇ ਇਹਨਾਂ ਦੀ ਰਿਹਾਈ ਇਉਂ ਜਿਹੜੀ ਆ ਜੀ ਉਹ ਇੱਕਦਮ ਨਹੀਂ ਹੋ ਜਾਣੀ ਚਾਹੀਦੀ, ਇਹਦਾ ਮਾੜਾ ਅਸਰ ਜਿਹੜਾ ਜੀ ਉਹ ਪੁਲਿਸ ਦੀ ਕਾਰਗੁਜ਼ਾਰੀ ਤੇ ਪਊਗਾ। ਤੇ ਇਹ ਪਤਾ ਲੱਗਿਆ ਜੀ ਕਿ ਹੁਣ ਵਿਚਲਾ ਰਾਹ ਜਿਹੜਾ ਜੀ ਇਹ ਕੱਢਿਆ ਗਿਆ ਕਿ ਇਹਨਾਂ ਦਾ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਉਹ ਕੀਤਾ ਜਾਵੇ। ਇਹ ਵੀ ਪਤਾ ਲੱਗਿਆ ਜੀ ਕਿ ਇਹਨਾਂ ਅਫਸਰ ਨੂੰ ਇਹ ਜਿਹੜਾ ਕਿਹਾ ਗਿਆ ਕਿ ਜੇ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਇਹਦੇ ਵਿੱਚੋਂ ਕੁਛ ਨਾ ਨਿਕਲਿਆ ਤਾਂ ਕੁਛ ਸੀਨੀਅਰ ਪੁਲਿਸ ਆਫਿਸਰ ਜਿਹੜੇ ਨੇ ਉਹਨਾਂ ਦੇ ਉੱਤੇ ਫਿਰ ਇਹਦੀ ਜਿਹੜੀ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਜਾ ਸਕਦੀ ਹੈ। ਇਹ
ਜਿਹੜੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਲਗਾਤਾਰ ਦਬਾਓ ਜਿਹੜਾ ਦੀ ਉਹ ਪਾ ਰਹੀਆਂ ਨੇ ਕਿ ਇਹ ਜਾਣ ਬੁੱਝ ਕੇ ਜਿਹੜਾ ਦੀ ਉਹ ਫਸਾਇਆ ਗਿਆ। ਹੁਣ ਵੇਖਣਾ ਜਿਹੜਾ ਦੀ ਇਹ ਹੋਊਗਾ ਕਿ ਲਾਈਵ ਡਿਟੈਕਟਰ ਟੈਸਟ ਦੇ ਵਿੱਚੋਂ ਜਿਹੜਾ ਦੀ ਉਹ ਕੀ ਇਹਦਾ ਨਿਕਲਦਾ, ਇਹਦੀ ਅਦਾਲਤ ਤੋਂ ਪਰਮਿਸ਼ਨ ਜਿਹੜੀ ਹੈ ਜੀ ਉਹ ਪਹਿਲਾਂ ਲੈਣੀ ਪੈਣੀ ਆ। ਇਹਦੇ ਉੱਤੇ ਬੜਾ ਡਿਪੈਂਡ ਕਰੂਗਾ ਕਿ ਅਦਾਲਤ ਜਿਹੜੀ ਹੈ ਜੀ ਉਹ ਪਰਮਿਸ਼ਨ ਦਿੰਦੀ ਆ। ਉਹਦਾ ਕਾਰਨ ਇਹ ਹੈ ਕਿ ਜਿਹੜਾ ਹੁਣ ਤੱਕ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਪੇਸ਼ ਕੀਤਾ ਕੀ ਹੈ ਜੀ ਉਹ ਦੋ ਕਾਲਾਂ ਨੇ ਜਿਹੜੀਆਂ ਤੋੜ ਭੰਨ ਕੇ ਇੱਕ ਆਸਟ੍ਰੇਲੀਆ ਤੋਂ ਇੱਕ ਦੁਬਈ ਤੋਂ ਜਿਹੜੀ ਬਣਾਈ ਗਈ ਆ। ਉਹ ਤੋਂ ਇਲਾਵਾ ਕੋਈ ਹੋਰ ਸਬੂਤ ਤਾਂ ਜਿਹੜੇ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਜੀ ਕਿ ਅਦਾਲਤ ਜਿਹੜੀ ਆ ਉਹ ਲਾਈਵ ਡਿਟੈਕਟਰ ਟੈਸਟ ਦੀ ਪਰਮਿਸ਼ਨ ਜਿਹੜੀ ਆ ਜੀ ਉਹ ਦੇ ਦੂਗੀ। ਮੇਰੀ ਜਾਂਚ ਪਰਮਿਸ਼ਨ ਲੈਣੀ ਇੱਕ ਆਪਣੇ ਆਪ ਦੇ ਵਿੱਚ ਪਹਿਲੀ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਹੋਊਗੀ। ਇਹੋ ਲੱਗਦਾ ਜੀ ਕਿ ਇਹ ਤੁਸੀਂ ਤਾਲ ਮਟੋਲਾ ਕਹਿ ਲਓ ਕਿ ਇਹਨੂੰ ਲੰਮਾ ਖਿੱਚਣ ਦੇ ਵਾਸਤੇ ਇਹਦਾ ਜੀ ਰਾਹ ਵਿੱਚੋਂ ਕੱਢਿਆ ਗਿਆ। ਜੀ ਜੀ ਤੇ ਅੱਗੇ ਆਪਾਂ ਜੇ ਗੱਲ ਕਰੀਏ ਕਿ ਜੋ ਕੁਛ ਵੀ ਇਹ ਘਟਨਾਵਾਂ ਵਾਪਰੀਆਂ, ਜੋ ਕੁਛ ਵੀ ਹੋਇਆ ਆ, ਬਹੁਤ ਸਾਰੇ ਜਿਹੜੇ ਮੰਤਰੀ ਸੰਤਰੀ ਆ ਪੰਜਾਬ ਦੇ ਉਹਨਾਂ ਨੇ ਵਿਦੇਸ਼ੀ ਏਜੰਸੀਆਂ ਦੇ ਸਿਰ ਭਾਂਡਾ ਭੰਨਿਆ ਸੀਗਾ, ਪਤਾ ਨਹੀਂ ਕਿੱਥੇ ਇਨਫੋਰਮੇਸ਼ਨ ਲਈ ਸੀ, ਪਰ ਕੇਂਦਰ ਸਰਕਾਰ ਨੇ ਇਸ ਦੇ ਵਿੱਚ ਇਸ ਨਕਾਰ ਦਿੱਤਾ ਹੈ ਕਿ ਏਜੰਸੀਆਂ ਦਾ ਹੱਥ ਹੈ ਇਸ ਵਿੱਚ। ਆਈ ਥਿੰਕ ਜਿਹੜੀ ਆਪਾਂ ਪਹਿਲੀ ਗੱਲ ਕਰਕੇ ਹਟੇ ਆ ਜੀ, ਇਹ ਵੀ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਆ ਜੀ ਉਹ ਜੁੜਦੀ ਹੈ, ਕਿਉਂਕਿ ਜਦੋਂ ਹੁਣ ਸੈਂਟਰ ਦੀ ਸਰਕਾਰ ਨੇ ਇਹ ਕਹਿਤਾ ਕਿ ਵਿਦੇਸ਼ੀ ਹੱਥ ਨਹੀਂ ਹੈ, ਤੇ ਜਿਹੜੀ ਪੰਜਾਬ ਪੁਲਿਸ ਨੇ ਜਿਹੜੇ ਦੋ ਮੁੰਡੇ ਗ੍ਰਿਫਤਾਰ ਕੀਤੇ ਨੇ ਉਹ ਵਿਦੇਸ਼ੀ ਹੱਥ ਕਰਕੇ ਗ੍ਰਿਫਤਾਰ ਕੀਤੇ ਨੇ। ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਹ ਕਹਿੰਦੀ ਆ ਕਿ ਜੇ ਜਿਹੜਾ ਇਹ ਪੰਜਾਬ ਦੇ ਵਿੱਚ ਜੋ ਕੁਛ ਹੋਇਆ ਇਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਈ ਨਹੀਂ ਦੀਦਾ ਕਿ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਵਿਦੇਸ਼ੀ ਹੱਥ ਹੈ। ਉਹ ਪੰਜਾਬ ਸਰਕਾਰ ਦੀ ਇਸ ਦਲੀਲ ਨੂੰ ਮੁੱਢੋਂ ਸੁੱਢੋਂ ਉਹਨੇ ਰੱਦ ਜਿਹੜਾ ਦੀ ਉਹ ਕਰ ਦਿੱਤਾ। ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਕਿਸੇ ਵਿਦੇਸ਼ੀ ਏਜੰਸੀ ਦਾ ਇਹਦੇ ਵਿੱਚ ਹੱਥ ਨਹੀਂ ਹੈਗਾ। ਜਿਹੜੇ ਰਾਜਨਾਥ ਸਿੰਘ ਹੋਰੀ ਨੇ ਉਹਨਾਂ ਨੇ ਪੰਜਾਬ ਦੀਆਂ ਘਟਨਾਵਾਂ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਹੋਈ ਆ, ਉਹਨਾਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੇ ਨਾਲ ਵੀ ਲਗਾਤਾਰ ਰਾਬਤਾ ਜਿਹੜਾ ਜੀ ਉਹ ਬਣਾਇਆ ਹੋਇਆ। ਇਹਦਾ ਬੇਸ਼ੱਕ ਸਾਹਮਣੇ ਆ ਕੇ ਕੋਈ ਬੀਜੇਪੀ ਵਾਲਾ ਜਿਹੜਾ ਖੁਲਾਸਾ ਨਹੀਂ ਕਰਦਾ, ਅੰਦਰ ਖਾਤੇ ਜਿਹੜੇ ਆ ਜੀ ਉਹ ਖਬਰਾਂ ਆਪ ਹੀ ਲੀਕ ਕਰੀ ਜਾਂਦੇ ਨੇ ਬੀਜੇਪੀ ਵਾਲੇ, ਕਿ ਉਹਨਾਂ ਨੇ ਉੱਪਰ ਜਾ ਕੇ ਸਾਰੀਆਂ ਜਿਹੜੀਆਂ ਰਿਪੋਰਟਾਂ ਦਿੱਤੀਆਂ ਨੇ ਖੁਫੀਆ ਏਜੰਸੀਜ਼ ਨੇ ਵੀ ਤੇ ਬੀਜੇਪੀ ਵਾਲਿਆਂ ਨੇ, ਕਿ ਇਹ ਕੀਤੀ ਕਰਾਈ ਇਹਨਾਂ ਅਕਾਲੀਆਂ ਦੀ ਆਪਣੀ ਹੋਈ ਆ, ਇਹ ਆਪਣੇ ਜਾਲ ਦੇ ਵਿੱਚ ਆਪ ਫਸੇ ਨੇ, ਕਿਸੇ ਕੋਈ ਵਿਦੇਸ਼ੀ ਏਜੰਸੀ ਦਾ ਇਹਦੇ ਵਿੱਚ ਹੱਥ ਨਹੀਂ ਹੈਗਾ। ਜਿਹਦੇ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹਨੇ ਤਕਰੀਬਨ ਇਹ ਕਹਿ ਕੇ ਜਿਹੜੀ ਆ ਜੀ ਪੰਜਾਬ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਜੀ ਉਹ ਖਿਸਕਾਈ ਹੈ, ਕਿਉਂਕਿ ਉਹ ਤਾਂ ਬੜਾ ਜ਼ੋਰ ਸ਼ੋਰ ਦੇ ਨਾਲ ਇਹ ਪ੍ਰਚਾਰ ਕਰ ਰਹੀ ਸੀ ਕਿ ਇਹਦੇ ਵਿੱਚ ਵਿਦੇਸ਼ੀ ਜਿਹੜਾ ਜੀ ਉਹ ਹੱਥ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਦਾ ਟੋਟਲ ਫੇਲੀਅਰ ਜਿਹੜਾ ਜੀ ਉਹ ਹੋਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਲੋਕਾਂ ਦੇ ਹੱਕ ਤਾਂ ਜਿਹੜੇ ਉਹ ਕੁੱਟੇ ਜਾਂਦੇ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ ਵੀ, ਪਿਛਲੇ ਪੰਜਾਂ ਚੌਂ ਸਾਲਾਂ ਦੇ ਦੌਰਾਨ ਤਾਂ ਬਹੁਤ ਜ਼ਿਆਦਾ, ਪਰ ਜਿਸ ਕਿਸਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੋਕ ਜਿਹੜੇ ਇੱਕਦਮ ਨਿਕਲ ਕੇ ਸੜਕਾਂ ਦੇ ਉੱਤੇ ਆ ਗਏ, ਇਹਨੇ ਸਵਾਲੀਆ ਚਿੰਨ ਜਿਹੜੇ ਨੇ ਜੀ ਉਹ ਖੜੇ ਕੀਤੇ ਨੇ ਇਹਨਾਂ ਖੁਫੀਆ ਏਜੰਸੀਆਂ ਦੇ ਉੱਤੇ, ਕਿ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਪਤਾ ਹੀ ਨਹੀਂ ਲੱਗਿਆ। ਜਿਹੜੇ ਪੰਜਾਬ ਦੇ ਉੱਤੇ ਪੰਜਾਬ ਦੀ ਨਬਜ਼ ਜਿਹੜੇ ਜਾਣਨ ਵਾਲੇ ਜਿਹੜੇ ਲੋਕ ਨੇ ਉਹ ਇਹ ਸਮਝਦੇ ਨੇ ਕਿ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਜਿਉਂ ਉਹ ਸਿਆਸਤ ਦੇ ਵਿੱਚ ਆਏ ਨੇ ਐਡਾ ਮਾੜਾ ਸਮਾਂ ਜਿਹੜਾ ਉਹ ਕਦੀ ਨਹੀਂ ਆਇਆ ਜਿੰਨਾ ਇਸ ਵੇਲੇ ਚੱਲ ਰਿਹਾ। ਇਹ ਵੀ ਕਹਿੰਦੇ ਨੇ ਕਿ ਇਹ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਨਾ ਹੋ ਕੇ ਇਹ ਬਾਦਲ ਪਰਿਵਾਰ ਦੇ ਵਿਰੋਧ ਦੇ ਵਿੱਚ ਸਾਰਾ ਜਿਹੜਾ ਜੀ ਉਹ ਢਾਂਚਾ ਉੱਠ ਕੇ ਖੜਾ ਹੋ ਗਿਆ, ਜਿਹੜੀ ਕਿ ਉਹਦੇ ਵਾਸਤੇ ਮੁਸੀਬਤ ਦੀ ਗੱਲ ਹੈ। ਤੇ ਉਹਨੂੰ ਇੱਕ ਆਸ ਸੀਗੀ ਸੈਂਟਰ ਦੀ ਸਰਕਾਰ ਤੋਂ ਕਿ ਜਿਵੇਂ ਪਹਿਲਾਂ ਇਹ ਗੱਲ ਕਹਿ ਦਿੱਤੀ ਜਾਂਦੀ ਹੁੰਦੀ ਸੀ ਕਿ ਵਿਦੇਸ਼ੀ ਹੱਥ ਹੈ, ਤੋ ਇਸ ਕਰਕੇ ਕਿਤੇ ISI ਦੇ ਨਾਲ ਵੀ ਜੋੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਸਾਰਾ ਕੁਝ ਹਾਲ ਦੀ ਘੜੀ ਜਿਹੋ ਜਿਹੀਆਂ ਇਹ ਘਟਨਾਵਾਂ ਵਾਪਰੀਆਂ ਨੇ, ਜਿਹੋ ਜਿਹੇ ਬਿਆਨ ਆਏ ਨੇ, ਆਈ ਥਿੰਕ ਪੰਜਾਬ ਜਿਹੜੀ ਸਰਕਾਰ ਹੈ ਉਹਨੂੰ ਹੁਣ ਇਹ ਬਿਆਨ ਜਿਹੜੇ ਥੋੜੇ ਬਦਲਨੇ ਪੈਣਗੇ ਕਿ ਇਹਦੇ ਪਿੱਛੇ ਵਿਦੇਸ਼ੀ ਆ। ਤੇ ਅੱਗੇ ਆਪਾਂ ਜੀ ਕੈਪਟਨ ਦੀ ਗੱਲ ਕਰੀਏ ਕਾਂਗਰਸ ਦੀ, ਕਿ ਜਿੱਥੇ ਕੈਪਟਨ ਹੋਣੀ ਮਾਰ ਰਿਹਾ ਹੱਥ ਪੈਰ ਬੜੀ ਦੇਰ ਦੇ ਮਾਰ ਰਿਹਾ ਕਿ ਮੈਨੂੰ ਕਿਸੇ ਤਰ੍ਹਾਂ ਕਪਤਾਨੀ ਮਿਲ ਜਾ, ਪਰ ਅਜੇ ਵੀ ਹੱਥ ਖਾਲੀ ਜੀ। ਦੂਜੀ ਵਾਰੀ ਪਿਛਲੇ 5 ਦਿਨਾਂ ਦੇ ਵਿੱਚ ਦੂਜੀ ਵਾਰੀ ਜਿਹੜੀ ਆ ਜੀ ਕਪਤਾਨ ਅਮਰਿੰਦਰ ਸਿੰਘ ਹੋਰਾਂ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਹੋਈ ਹੈ। ਇੱਥੇ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਢੋਲ ਢਾਲ ਵਾਲੇ ਵੀ ਕਿਰਾਏ ਤੇ ਕਰ ਲੈਂਦੇ ਨੇ, ਭਰਚਿੰਦਰ ਸਿੰਘ ਚਹਿਲ ਹੋਰੀ ਜਿਹੜੇ ਉਹਨਾਂ ਦੇ ਪਿਛਲੇ ਮੀਡੀਆ ਐਡਵਾਈਜ਼ਰ ਹੁੰਦੇ ਸੀ, ਬਹੁਤ ਚਰਚਿਤ ਮੀਡੀਆ ਐਡਵਾਈਜ਼ਰ, ਉਹ ਫਿਰ ਬਿਆਨ ਦਿੰਦੇ ਆ ਜੀ ਨਹੀਂ ਅਜੇ ਉਧਰੋਂ ਕੁਛ ਜਿਹੜਾ ਇਸ਼ਾਰਾ ਨਹੀਂ ਆਇਆ, ਆਜੂਗਾ ਸ਼ਾਮ ਤੱਕ ਉਹਨਾਂ ਦੀ ਸ਼ਾਮ, ਪਤਾ ਨਹੀਂ ਜੀ ਕਿ ਕਿਹੜੀ ਜਿਹੜੀ ਉਹ ਆਉਣੀ ਹੈ।
ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਅਜੇ ਵੀ ਦਿੱਲੀ ਤੋਂ ਪਰਤ ਆਏ ਨੇ, ਸ਼ਾਇਦ ਹੁਣ ਦੁਬਾਰਾ ਫੇਰ ਕੋਈ ਲੰਚ ਵਗੈਰਾ ਰੱਖਣਗੇ ਜੀ ਜਿਹੜੇ ਵਿਧਾਇਕਾਂ ਦੇ ਨਾਲ, ਤੇ ਉਹ ਤੁਹਾਨੂੰ ਦੱਸਣਗੇ। ਇਹ ਕਿਹਾ ਜਾ ਰਿਹਾ ਜੀ ਕਿ ਰਾਹੁਲ ਗਾਂਧੀ ਹੋਰੀ ਜਿਹੜੇ ਨੇ ਉਹ ਇੱਕ ਤਾਂ ਫੁੱਲ ਫਲੈਜ ਜਿਹੜੀ ਪਾਵਰ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਹੀਂ ਦੇਣਾ ਚਾਹੁੰਦੇ। ਉਹਨਾਂ ਨੂੰ ਪਤਾ ਕਿ ਬੰਦਾ ਜਿਹੜਾ ਮੁੜ ਕੇ ਅੱਖਾਂ ਜਿਹੜੀਆਂ ਦੀ ਉਹ ਸਾਨੂੰ ਦਿਖਾਊਗਾ। ਦੂਜੀ ਗੱਲ, ਸ਼ਾਇਦ ਕਾਂਗਰਸ ਹਾਈਕਮਾਂਡ ਇਹ ਸੋਚਦੀ ਆ ਕਿ ਜੇ ਇਉਂ ਝੁੱਕ ਕੇ ਸਾਰਾ ਕੁਝ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਤਾ ਤੇ ਫੇਰ ਜਿਹੜੀ ਆ ਜੀ ਉਹ ਮੁਸੀਬਤ ਜਿਹੜੀ ਆ ਉਹ ਗੱਲ ਪਾਉਣ ਵਾਲੀ ਗੱਲ ਹੋਊਗੀ, ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਜਿਹੜੀ ਆ ਜੀ ਤੇ ਬਗਾਵਤ ਵਾਦੀ ਸੁਰਾਂ ਜਿਹੜੀਆਂ ਨੇ ਉਹ ਉੱਠ ਸਕਦੀਆਂ ਨੇ। ਇਸ ਕਰਕੇ ਅਜੇ ਵੀ ਰਾਹੁਲ ਗਾਂਧੀ ਜਿਹੜਾ ਜੀ ਉਹ ਵਿਚਾਰ ਰਿਹਾ, ਉਹ ਕਈ ਫਾਰਮੂਲਿਆਂ ਦੇ ਉੱਤੇ ਜਿਹੜਾ ਜੀ ਵਰਕ ਹੋ ਰਿਹਾ ਕਿ ਜਿਹੜਾ ਪ੍ਰਧਾਨਗੀ ਜੇ ਦੇਣੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੇ ਫਿਰ ਜਿਹੜੀ ਕਮਾਂਡ ਹੈ ਚੁਣ ਦੀ ਜਿਹੜੇ ਉਮੀਦਵਾਰ ਉਹ ਕਿਸੇ ਹੋਰ ਨੂੰ ਦਿੱਤੀ ਜਾਵੇ। ਜਿਹੜੇ ਇਸ ਵੇਲੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਬਦਲਿਆ ਜਾਵੇ। ਇਹ ਸਾਰੇ ਫਾਰਮੂਲਿਆਂ ਦੇ ਉੱਤੇ ਜਿਹੜਾ ਜੀ ਉਹ ਵਰਕ ਹੋ ਰਿਹਾ। ਸ਼ਾਇਦ ਹੋ ਸਕਦਾ ਜੀ ਤੇ ਰਾਹੁਲ ਗਾਂਧੀ ਹੋਰੀ ਇਹ ਵੀ ਸੋਚਣ ਪੰਜਾਬ ਤੇ ਦਿੱਲੀ ਦੇ ਵਿਚਾਲੇ ਜਿਹੜੇ ਨੇ ਉਹ ਗੇੜੇ ਮਰਵਾ ਮਰਵਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਥਕਾਇਆ ਜਾਵੇ, ਥੋੜਾ ਘੜਕਾਇਆ ਜਾਵੇ ਤੇ ਉਦੋਂ ਬਾਅਦ ਫਿਰ ਦੇਖਾਂਗੇ ਕੀ ਕਰਨਾ। ਜੀ ਜੀ ਤੇ ਅੱਗੇ ਜੀ ਆਪਾਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਗੱਲ ਕਰੀਏ ਕਿ ਉਸ ਦਾ ਘਰ ਕਹਿੰਦੇ ਖਾਲੀ ਆ ਤੇ ਉੱਥੇ ਜਿੰਦੇ ਲੱਗੇ ਹੋਏ ਆ। ਜੀ ਬਿਲਕੁਲ, 33 ਪੁਲਿਸ ਵਾਲੇ ਉਹਨਾਂ ਨੂੰ ਦਿੱਤੇ ਹੋਏ ਨੇ ਜੀ ਰੱਖਿਆ ਦੇ ਵਾਸਤੇ। ਇਸ ਅਜੇ ਵੀ ਵਿਚਾਰੇ ਆਪਣੇ ਆਪ ਨੂੰ ਅਣਸੁਰੱਖਿਅਤ ਜਿਹੜਾ ਜੀ ਉਹ ਸਮਝਦੇ ਨੇ। ਜਥੇਦਾਰ ਦਮਦਮਾ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਹੋਰੀ ਜਿਹੜੇ ਜੀ ਔਰ ਉਹਨਾਂ ਦਾ ਘਰ ਜਿਹੜਾ ਉਹ ਸੁੰਨਾ ਪਿਆ, ਸੁੰਨੇ ਘਰ ਦੀ ਰਾਖੀ ਜਿਹੜੀ ਆ ਜੀ ਉਹ ਪੁਲਿਸ ਕਰ ਰਹੀ ਹੈ। 14 ਅਕਤੂਬਰ ਦੀ ਰਾਤ ਨੂੰ ਅੰਮ੍ਰਿਤਸਰ ਗਏ ਸੀਗੇ, ਉਦੋਂ ਬਾਅਦ ਅਜੇ ਤੱਕ ਪਰਤੇ ਨਹੀਂ। ਇਹਤੋਂ ਪਹਿਲਾਂ ਜੀ ਕੁਝ ਦਿਨ ਉਹ ਤੱਕ ਦਮਦਮਾ ਸਾਹਿਬ ਵਿੱਚ ਵੀ ਰਹੇ ਸੀਗੇ, ਸੋ ਪੰਜਾਬ ਪੁਲਿਸ ਨੇ ਉਹਨਾਂ ਨੂੰ ਜਿਹੜੇ ਵੱਡੀ ਸੁਰੱਖਿਆ ਜਿਹੜੀ ਪ੍ਰਦਾਨ ਕੀਤੀ ਹੋਈ ਆ ਤੇ ਕੁਝ ਹੁਣ ਸੁਰੱਖਿਅਤ ਜਿਹੜੇ ਸੁਰੱਖਿਆ ਕਰਮਚਾਰੀ ਨੇ ਉਹਨਾਂ ਦੇ ਘਰ ਦੀ ਰਾਖੀ ਜਿਹੜੀ ਆ ਜੀ ਉਹ ਕਰੀ ਜਾਂਦੇ ਨੇ। ਇਹ ਪਹਿਲੀ ਵਾਰੀ ਹੋਇਆ ਜੀ ਕਿ ਤੱਕ ਦਮਦਮਾ ਸਾਹਿਬ ਦਾ ਕੋਈ ਜਥੇਦਾਰ ਇੰਨਾ ਲੰਮਾ ਸਮਾਂ ਜਿਹੜਾ ਜੀ ਉਹ ਗੈਰ ਹਾਜ਼ਰ ਰਿਹਾ ਹੋਵੇ। ਹੁਣ ਜਦੋਂ ਕਿ ਕਿਉਂਕਿ ਇਹ ਦਿਨ ਜਿਹੜੇ ਫੈਸਟੀਵਲ ਸੀਜ਼ਨ ਹੁੰਦਾ ਜੀ, ਜਿਹੜੇ ਗੁਰਪੁਰਬ ਵਗੈਰਾ ਤੇ ਹੋਰ ਜਿਹੜੇ ਦਿਨ ਤਿਉਹਾਰ ਕਾਫੀ ਆਉਂਦੇ ਨੇ, ਸੰਗਤ ਜਿਹੜੀ ਆ ਜੀ ਉਹ ਵੱਡੀ ਗਿਣਤੀ ਜਿੱਥੇ ਜਾਂਦੀ ਆ, ਤੇ ਜਥੇਦਾਰ ਸਾਹਿਬ ਜਿਹੜੇ ਜੀ ਉਹ ਗਾਇਬ ਨੇ। ਉਹਨਾਂ ਦਾ ਕਿਸੇ ਨੂੰ ਨੀ ਪਤਾ ਕਿ ਉਹ ਕਿੱਥੇ ਨੇ, ਉਹ ਬਿਲਕੁਲ ਕਿਸੇ ਦੇ ਸੰਪਰਕ ਦੇ ਵਿੱਚ ਜਿਹੜੇ ਨਹੀਂ ਹੈਗੇ। ਸ਼ਾਇਦ ਇਹ ਪਹਿਲੀ ਵਾਰੀ ਹੋ ਰਿਹਾ ਜੀ ਕਿ ਜਥੇਦਾਰ ਇੰਨੇ ਦਿਨਾਂ ਲਈ ਗਾਇਬ ਨੇ, ਤੇ ਇਹ ਵੀ ਹੋ ਸਕਦਾ ਜੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੇਡ ਇਸ਼ਤਿਹਾਰ ਨਾ ਦੇਣੇ ਪੈਣ ਦੀ ਗੁੰਮਸ਼ੁਦਾ ਦੀ ਭਾਲ। ਤੇ ਜੀ ਅੱਗੇ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ, ਉਹਨਾਂ ਨੇ ਤੰਬਾਕੂ ਕੰਟਰੋਲ ਐਕਟ ਉਸ ਨੂੰ ਜਿਹੜਾ ਕਹਿੰਦੇ ਕਿ ਚੂਨਾ ਲਾਏ ਆ, ਉਹਨਾਂ ਨੇ ਉਸਦੇ ਬੈਨਰ ਅਜੇ ਵੀ ਲਾਏ ਹੋਏ ਆ। ਐਕਚੁਅਲੀ ਜੀ ਜਿਹੜਾ ਇਹ ਤੰਬਾਕੂ ਜਿਹੜੀਆਂ WHO ਹੈ ਉਹਦੀ FCTV ਦੀ ਧਾਰਾ ਜਿਹੜੀ ਹੈਗੀ ਆ ਜੀ ਉਹਦੇ ਮੁਤਾਬਕ ਲੋਕ ਹਿੱਤ ਦੇ ਵਿੱਚ ਤੰਬਾਕੂ ਕੰਪਨੀਆਂ ਦੇ ਨਾਲ ਕਿਸੇ ਕਿਸਮ ਦਾ ਵਪਾਰਕ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਦੋਂ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਪ੍ਰੋਗਰੈਸਿਵ ਪੰਜਾਬ ਦੇ ਜਿਹੜੇ ਇਸ਼ਤਿਹਾਰ ਲੱਗੇ ਨੇ ਵੱਡੇ ਵੱਡੇ, ਉਹਦੇ ਵਿੱਚ ਤੰਬਾਕੂ ਦੀ ਇਸ ਜਿਹੜੀ ਕੰਪਨੀ ਹੈ ਉਹਦਾ ਨਾਮ ਜਿਹੜਾ ਲਿਖ ਕੇ ਸਵਾਗਤੀ ਬੋਰਡ ਜਿਹੜੇ ਉਹ ਲਾਏ ਗਏ ਨੇ। ਪਿਛਲੇ ਦਿਨਾਂ ਤੋਂ ਇਹ ਗੱਲ ਜਿਹੜੀ ਆ ਜੀ ਬੜੇ ਵੱਡੇ ਪੱਧਰ ਦੇ ਉੱਤੇ ਚੱਲਦੀ ਰਹੀ ਹੈ, ਕਈ ਕਿਸਮ ਦੀਆਂ ਕੰਟਰੋਵਰਸੀ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ, ਪਰ ਇਹ ਜਿਹੜੇ ਇਸ਼ਤਿਹਾਰ ਸੀ ਇਹ ਵਾਪਸ ਨਹੀਂ ਲਏ ਗਏ ਜੀ। ਪੰਜਾਬ ਪ੍ਰੋਫੈਸਰ ਸੰਮੇਲਨ 2013 ਦੇ ਵਿੱਚ ਵੀ ਇਹ ਕੰਪਨੀ ਜਿਹੜੀ ਆਈ ਸੀ ਔਰ ਸੂਬੇ ਦੇ ਤੰਬਾਕੂ ਕੰਟਰੋਲ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਹੋਈ ਸੀਗੀ। ਬਜਟ ਸੈਸ਼ਨ 13-14 ਦੇ ਵਿੱਚ ਪੰਜਾਬ ਦੇ ਵਿੱਚ ਤੰਬਾਕੂ ਦੇ ਜਿਹੜੇ ਪ੍ਰੋਡਕਟ ਨੇ ਉਹਦੇ ਉੱਤੇ ਟੈਕਸ 20.5 ਤੋਂ ਵਧਾ ਕੇ 50% ਕੀਤਾ ਗਿਆ ਸੀਗਾ। ਜਿਹੜੀ ITC ਆ ਉਹਦੇ ਵੱਲੋਂ ਸੂਬੇ ਦੇ ਵਿੱਚ 700 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਦੀ ਪੇਸ਼ਕਸ਼ ਤੋਂ ਬਾਅਦ ਸਰਕਾਰ ਨੇ ਇਹ ਟੈਕਸ ਘਟਾ ਕੇ 20.5% ਕਰ ਦਿੱਤਾ ਸੀਗਾ ਜੀ। ਭਾਵ ਕਿ ਉਹਨਾਂ ਦੇ ਨਾਲ ਸਮਝੌਤਾ ਜਿਹੜਾ ਕੋਈ ਹੋਇਆ, ਇਹ ਕਿਹਾ ਜਾ ਰਿਹਾ ਜੀ ਕਿ ਇਹ ਉਲੰਘਣਾ ਹੈ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹਦੇ ਵੱਲੋਂ ਮਿੱਥੇ ਗਏ ਜਿਹੜੇ ਮਾਪਦੰਡ ਨੇ। ਪਰ ਇਹ ਪੰਜਾਬ ਹੈ ਜੀ, ਪੰਜਾਬ ਸਰਕਾਰ ਹੈ, ਮਾਪਦੰਡ ਉਹ ਚਾਹੇ ਵਿਸ਼ਵ ਪੱਧਰ ਦੇ ਹੋਣ ਚਾਹੇ ਮੁਲਕ ਪੱਧਰ ਦੇ ਹੋਣ, ਇੱਥੇ ਵਰਕ ਥੋੜੀ ਕਰਦੇ ਆ ਜੀ। ਇੱਥੇ ਤਾਂ ਵਰਕ ਜਿਹੜੀ ਆ ਜੀ ਉਹ ਡੈਮੋਕ੍ਰੇਸੀ ਕਰਦੀ ਹੈ, ਇਹ ਤਾਂ ਉੱਥੇ ਹੋਣਗੇ ਜੀ ਜਿੱਥੇ ਡੈਮੋਕ੍ਰੇਸੀ ਹੈ। ਜੀ ਜੀ ਬਿਲਕੁਲ। ਅਤੇ ਅੱਗੇ ਆਪਾਂ ਜੇ ਜੀ ਗੱਲ ਦੁਆਬੇ ਦੀ ਕਰੀਏ, ਇੱਥੇ ਵੀ ਆਦਮਪੁਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਤਾਂ ਉਸ ਕਰਕੇ ਆਦਮਪੁਰ ਹੁਸ਼ਿਆਰਪੁਰ ਸੜਕ 'ਤੇ ਆਵਾਜਾਈ ਠੱਪ। ਜੀ ਐਕਚੁਅਲੀ ਆਦਮਪੁਰ ਨੇੜੇ ਪੈਂਦਾ ਘੁੜਿਆਲ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੁਝ ਦਿਨ ਪਹਿਲਾਂ ਹੋਈ ਸੀ, ਤੁਹਾਨੂੰ ਯਾਦ ਹੋਣਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਚਰਚਿਤ ਮੈਂਬਰ ਪਰਮਜੀਤ ਸਿੰਘ ਰਾਏ, ਜਿਹੜਾ ਅਸਲ 'ਚ ਪਰਮਜੀਤ ਸਿੰਘ ਢੇਸੀ ਹੈ, ਬੀਬੀ ਜਗੀਰ ਕੌਰ ਹੋਰਾਂ ਦਾ ਖਾਸਮ ਖਾਸ,
ਉਹਨੂੰ ਲੋਕਾਂ ਨੇ ਜਿਹੜਾ ਉਹ ਘੇਰ ਲਿਆ ਸੀਗਾ, ਉਹ ਉਂਝੀ ਕਾਬੂ ਜਿਹੜਾ ਦੀ ਆ ਗਿਆ ਸੀਗਾ। ਇੱਥੇ ਅਜੇ ਤੱਕ ਕਿਉਂਕਿ ਜਿਹੜੇ ਇਸ ਬੇਅਦਬੀ ਦੇ ਨਾਲ ਕੋਈ ਜਿਹੜੇ ਦੋਸ਼ੀ ਸੀਗੇ ਜੀ, ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ, ਜਿਹਦੇ ਕਰਕੇ ਸੰਗਤ ਜਿਹੜੀ ਸੀ ਜੀ ਉਹ ਇੰਨੇ ਦਿਨ ਉਡੀਕਣ ਤੋਂ ਪਿੱਛੋਂ ਹੌਲੀ ਹੌਲੀ ਜਿਹੜੀ ਉਹ ਇਕੱਠੀ ਹੋਣੀ ਸ਼ੁਰੂ ਹੋ ਗਈ। ਔਰ ਇਸ ਜਗ੍ਹਾ ਦੇ ਉੱਤੇ ਏਡਾ ਜਿਹੜਾ ਜੀ ਜਾਮ ਲੱਗ ਗਿਆ ਕਿ ਚਾਟ ਸਿਰੇ ਜਿਹੜਾ ਸੀਗਾ ਜੀ ਉਹ ਵਹੀਕਲ ਦੇ ਲੰਘਣ ਦੇ ਵਾਸਤੇ ਥਾਂ ਲਾ ਰਿਹਾ। ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਜਿਹੜਾ ਸੀਗਾ ਉਹ ਸਾਹਮਣਾ ਕਰਨਾ ਪਿਆ। ਪੁਲਿਸ ਫੋਰਸ ਜਿਹੜੀ ਸੀ ਉਹ ਪਹੁੰਚ ਕੇ ਜਿਹੜੀ ਗੱਲਬਾਤ ਉਹਨਾਂ ਨੇ ਉੱਥੇ ਕੀਤੀ ਕਿ ਥੋੜੇ ਦਿਨ ਦਾ ਸਮਾਂ ਜਿਹੜਾ ਜੀ ਉਹ ਹੋਰ ਚਾਹੀਦਾ ਤਾਂ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਫੜਿਆ ਜਾ ਸਕੇ। 3 ਘੰਟੇ ਤੱਕ ਜਿਹੜਾ ਸੀਗਾ ਜੀ ਇਹ ਜਾਮ ਲੱਗਿਆ ਰਿਹਾ, ਔਰ ਉਦੋਂ ਬਾਅਦ ਜਿਹੜੇ ਲੋਕ ਸੀਗੇ ਜੀ ਉਹਨਾਂ ਨੇ ਫਿਰ ਇਹ ਜਾਮ ਜਾ ਕੇ 3 ਘੰਟਿਆਂ ਤੋਂ ਬਾਅਦ ਖੋਲਿਆ। ਇਸ ਏਰੀਏ ਦੇ ਵਿੱਚ ਜਿਹੜੇ ਸੀਗੇ ਜੀ ਉਹ ਪਹਿਲਾਂ ਜਿਹੜੇ ਜਾਮ ਸੀ ਉਹ ਜ਼ਿਆਦਾ ਨਹੀਂ ਲੱਗੇ, ਸੋ ਇਸ ਏਰੀਏ ਦੇ ਵਿੱਚ ਵੀ ਹੁਣ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਧਰਨੇ ਜਿਹੜੇ ਨੇ ਉਹਨਾਂ ਨੇ ਦਸਤਕ ਦਿੱਤੀ ਹੈ ਜਾ ਕੇ। ਜੀ ਜੀ, ਤੇ ਅਖੀਰ ਵਿੱਚ ਅਰਜ਼ਨਾਮਾ ਕਿ ਮੂੰਹ ਫੱਟ ਮੁਸ਼ਰਫ ਮੂੰਹ ਪਾੜਿਆ ਹੀ ਕਰਦਾ ਪੇਸ਼ ਜਿੱਦਾਂ ਕੋਈ ਫਰਜ਼ ਬੇਲੀ। ਮੂੰਹ ਫੱਟ ਮੁਸ਼ਰਫ ਮੂੰਹ ਪਾੜਿਆ ਹੀ ਕਰਦਾ ਪੇਸ਼ ਜਿੱਦਾਂ ਕੋਈ ਫਰਜ਼ ਬੇਲੀ, ਕਹਿੰਦਾ ਸਾਡੇ ਲਈ ਉਹਨੇ ਬੜੇ ਹੀਰੋ ਹਿੰਦ ਵਾਸਤੇ ਜੋ ਦਹਿਸ਼ਤਗਰਦ ਬੇਲੀ। ਚੰਗੇ ਸਈਦ ਉਸਾਮਾ ਤੇ ਹੋਰ ਲੱਗਣ ਕੋਈ ਹੋਈ ਜਾਵੇ ਗਰਮ ਸਰਦ ਬੇਲੀ, ਨਾਲ ਹਿੰਦ ਤੇ ਅਸਾਂ ਦੀ ਅਸਲ ਟੱਕਰ ਹੁੰਦਾ ਹੋਰਨਾਂ ਨੂੰ ਕਾਹਦਾ ਦਰਦ ਬੇਲੀ। ਲੜੀਆਂ ਹਿੰਦ ਦੇ ਨਾਲ ਸੀ 3 ਜੰਗਾਂ, ਤਿੰਨੇ ਵਾਰ ਪਈ ਪਾਕ ਨੂੰ ਸੱਟ ਬੇਲੀ। ਲੜੀਆਂ ਹਿੰਦ ਦੇ ਨਾਲ ਸੀ 3 ਜੰਗਾਂ, ਤਿੰਨੇ ਵਾਰ ਪਈ ਪਾਕ ਨੂੰ ਸੱਟ ਬੇਲੀ। ਛੇੜਾ ਛੇੜ ਨੂੰ ਹਾਲੇ ਨੀ ਬਾਜ ਆਉਂਦੇ, ਰੱਸੀ ਸੜੀ ਪਰ ਗਿਆ ਨੀ ਵੱਟ ਬੇਲੀ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ ਬਾਣੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੇ ਸਨਬਲ ਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਜੀ ਗੱਲਬਾਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।